ਪੱਕੇ ਵੱਟ ਖੇਲਾਂ ਤੇ ਮੈਂ ਲੈ ਆਇਆ ਇਹਨੂੰ 66 ਕਟਰ ਨੂੰ ਆ 60 ਕਟਰ ਨੂੰ ਗਾਜ਼ੀ ਦੇ ਮਗਰ ਇਹਦੇ ਵਿੱਚ ਦੇਖਦੇ ਹਾਂ ਵੀ ਖੇਲਾਂ ਦੇ ਉੱਤੇ ਇਹ ਕੈਸਾ ਰਹੇਗਾ ਉਹ ਖੇਲਾਂ ਤੇ ਗੁਜ਼ਾਰਾ ਮਜ਼ਾਰਾ ਕਰੇਗਾ ਜਾਂ ਨਹੀਂ ਕਰੇਗਾ ਅਲ ਗਾਜ਼ੀ ਦੇ ਮਗਰ ਆ ਸਈਦ ਜ਼ਰਈ ਇੰਡਸਟਰੀ ਦਾ 60 ਕਟਰ ਇਹ ਗੇਅਰ ਮੁੰਡਾ ਹੁਣ ਥੱਲੇ ਦੂਜਾ ਹੀ ਲੱਗਦਾ ਮੈਨੂੰ ਤਾਂ ਪੱਕੇ ਵਾਟ ਰਕਬਾ ਬਾਈ ਇਹ ਇੱਧਰ ਆ ਢੇਲੇ ਪਟੀਜੇ ਪਏ ਵੇਖ ਲਓ ਸੁੱਕੀ ਜ਼ਮੀਨ ਉਹ ਬੰਦੇ ਕਹਿੰਦੇ ਸੀ ਖੇਡਾਂ ਦੇ ਚਲਾ ਕੇ ਦਿਖਾਓ ਮੈਂ ਕਿਹਾ ਵੀ ਖੜੇ ਖੇਡਾਂ ਵਾਲੀ ਕਲਿੱਪ ਮੈਂ ਬਣਾਇਆ ਤਾਂ ਹੈ ਅਤੇ ਜੇ ਆਪਣਾ ਜ਼ਰੂਰਤ ਪਈ ਤਾਂ ਮੈਂ ਪਾ ਦਿਆਂਗਾ ਮੈਂ ਬਣਾਉਂਦਾ ਪਿਆ ਮੈਂ ਪਾਉਣਾ ਕੋਈ ਨਹੀਂ ਇਹ ਪਰ ਜੇ ਜ਼ਰੂਰਤ ਪਈ ਤਾਂ ਮੈਂ ਪਾ ਦੇਣਾ ਇਹ ਮੈਂ ਆਪਣੇ ਵਾਸਤੇ ਵੀਡੀਓ ਬਣਾ ਰਿਹਾ ਸਿਰਫ ਚੈਕਿੰਗ ਵਾਸਤੇ ਦੂਸਰੀ ਜਗ੍ਹਾ ਦੀ ਤੁਹਾਨੂੰ ਪਾਉਣੀ ਹੈ ਇਹ ਟਰੈਕਟਰ ਹੈ ਜੀ ਆਪਣਾ ਗਾਜ਼ੀ 2014 ਦਾ ਮਾਡਲ ਪਹਿਲੇ ਇੰਜਣ 'ਚ ਪਹਿਲਾ ਹੀ ਇਹਦਾ ਪੰਪ ਡੀਜ਼ਲ ਆ ਨਿਊਜ਼ਲ ਅਤੇ ਸਭ ਕੁਝ ਪਹਿਲੇ 'ਚ ਹੀ ਚੱਲ ਰਿਹਾ ਹੈ ਇਹ ਭਾਈ ਉਹਨਾਂ ਨੇ ਕੁਝ ਨਹੀਂ ਕਰਵਾਇਆ ਕਹਿੰਦੇ ਅੱਜ ਤਾਈਂ ਇਹਦਾ 2 ਮਰਬੇ ਦੀ ਭਾਈ ਹੈ ਤਕਰੀਬਨ ਇਹ ਵੀ ਖੇਡਾਂ ਹੀ ਆ ਜੀ ਹਲਕੇ ਫੁਲਕੇ ਵਿੱਚ ਟਾਂਡੇ ਆ 60 ਕਟਰ ਇਹ ਜਿਹੜੇ ਮੇਰੇ ਭਰਾ ਬੜੇ ਡਰੇ ਖੜੇ ਸੀ ਉੱਧਰ ਦੀ ਆ ਨਵੀਆਂ ਛੁਰੀਆਂ ਹਲੇ ਲਓ ਜੀ ਇਹ ਗੇੜਾ ਜਨਾਬ ਅਸਾਂ ਪੂਰਾ ਕਰ ਦਿੱਤਾ ਇੱਥੇ ਇਹਨੂੰ ਪੁੱਛਦਾ ਹਾਂ ਮੁੰਡੇ ਨੂੰ ਕਿਵੇਂ ਚੱਲਿਆ ਬਾਹਰ ਕੱਢ ਲਾ ਬਾਹਰ ਕੱਢ ਲਾ ਇਹਨੂੰ ਕਿਹੜੇ ਗੇੜ 'ਚ ਸੀਗਾ ਦੂਸਰੇ 'ਚ ਸੀਗਾ ਦਿੱਤਾ ਸੀ ਠੀਕ ਚੱਲਿਆ ਪੂਰਾ ਸਿੱਟ ਕੇ ਚੈੱਕ ਤਾਂ ਕਰਨਾ ਸੀ ਲੜ ਪਾਉਂਦਾ ਲਓ ਜੀ ਇਹਦੀਆਂ ਛੁਰੀਆਂ ਨੇ ਜਨਾਬ ਹਲੇ ਬਿਲਕੁਲ ਹਲੇ ਕੋਈ ਮੂੰਹ ਛੂਹ ਨਹੀਂ ਹੈਗਾ ਪੂਰਾ ਬਣਿਆ ਸਹੀ ਹੈ ਇਹ ਟੈਸਟਿੰਗ ਮੈਸਟਿੰਗ ਪਾਈ ਜਾਣ ਸੀ ਇਹ ਮਸ਼ੂਕ ਅਲੀ ਸਾਹਿਬ ਠੀਕ ਹੈ ਜਨਾਬ ਮੀਆਂ ਓਕੇ ਅੱਲਾ ਖੈਰ ਕਰੇ ਖੇਡਾਂ ਵਾਲੀ ਵੀ ਠੀਕ ਆ ਕੰਮ